ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਵਾਲੇ ਵਾਲੇ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਸ਼ੁਰੂ ਕਰਦੇ ਹਾਂ ਸਿੱਧੂ ਤੇ ਰਣਜੀਤ ਬਾਵਾ ਤੋਂ ਆਪਣੇ ਆਪਣੇ ਇਲਾਕੇ ਤੋਂ ਮੂਹਰੇ ਆ ਕੇ ਨੌਜਵਾਨਾਂ ਨੂੰ ਇਕੱਠੇ ਕਰਕੇ ਰੂਸ ਮਾਰਚ ਕਰ ਰਹੇ ਹਨ ਤੇ ਦੋਸਤੋ ਰਣਜੀਤ ਬਾਵਾ ਨੇ ਇੱਕ ਪੋਸਟ ਪਾਈ ਹੈ ਤੇ ਜਿਸ ਵਿੱਚ ਲਿਖਿਆ ਸਾਰੇ ਕਲਾਕਾਰ ਵੀਰਾਂ ਕੱਲ ਸਾਬਦ ਕਰ ਦਿੱਤਾ ਕਿ ਸਾਰੇ ਕਿਸਾਨ ਦੇ ਧੀਆਂ ਪੁੱਤਾਂ ਜਾਗਦੀ ਜ਼ਮੀਂਦ ਦਿਖਾਈ ਸਾਰਿਆਂ ਕੱਲ ਗਰਾਊਂਡ ਤੇ ਆ ਕੇ ਦਿਲੋਂ ਧੰਨਵਾਦ ਸਾਰੇ ਕਲਾਕਾਰਾਂ ਦਾ ਅੱਗੇ ਹੁਣ ਇੱਕ ਮੰਚ ਤੇ ਇਕੱਠੇ ਹੋਈਏ ਕਿਸਾਨਾਂ ਦੇ ਨਾਲ ਦੋਸਤੋ ਗੱਲ ਸਮਝਣ ਦੀ ਲੋ ਹਰਸੀਮਰਤ ਕੌਰ ਦਾ ਖੁਦ ਕਹਿ ਰਹੀ ਹੈ ਕਿ ਮੈਂ ਇਸ ਬੈਲ ਦੇ ਹੱਕ ਵਿੱਚ ਆ ਪਰ ਕਿਸਾਨ ਨਹੀਂ ਤਸਕਵੀਰ ਵੱਲ ਨੇ ਬਿਆਨ ਦਿੱਤਾ ਕਿ ਭਾਰਪਾ ਨਾਲੋਂ ਅਸੀਂ ਰਿਸ਼ਤਾ ਖਤਮ ਕਰ ਰਹੇ ਹਾਂ ਇੱਧਰ ਕਾਂਗਰਸੀ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਵੀ ਕੁਝ ਨਹੀਂ ਕਰ ਰਿਹਾ ਜਦਕਿ ਉਸ ਦੇ ਕੋਲ ਪਾਵਰ ਹੈ ਕਿ ਉਹ ਪੰਜਾਬ ਵਿੱਚ ਇਹ ਬੈਲ ਲਾਗੂ ਨਹੀਂ ਕਰਵਾ ਸਕਦਾ ਰਾਜਨੀਤੀ ਕਰ ਰਹੇ ਨੇ ਸਾਰੇ ਲੋਕ ਤੇ ਦੋਸਤੋ ਮੇਨ ਮੁੱਦੇ ਦੀ ਗੱਲ ਜੋ 31 ਕਿਸਾਨ ਯੂਨੀਅਨ ਹਨ ਪੰਜਾਬ ਵਿੱਚ ਉਹਨਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਤੇ ਨਰਜੀਤ ਬਾਵਾ ਨੇ ਵੀ ਇਹੀ ਗੱਲ ਕਹੀ ਕਿ ਸਾਰੇ ਕਲਾਕਾਰਾਂ ਨੂੰ ਇੱਕ ਮੰਤ ਤੇ ਇਕੱਠੇ ਹੋਣਾ ਪੈਣਾ ਬਾਰ ਬਾਰ ਅਸੀਂ ਇੱਕੋ ਹੀ ਗੱਲ ਕਹਿ ਰਹੇ ਹਾਂ ਪਰ ਜਿਹੜੇ ਲੋਕ ਹਲੇ ਵੀ ਨਹੀਂ ਸੁਣ ਰਹ ਖਦਰਦਾਤੇ ਆਪਣੀ ਬੱਤੀਆਂ ਦਾ ਫਿਊਚਰ ਖਰਾਬ ਕਰ ਰਹੇ ਨੇ ਦੋਸਤੋ ਇਧਰ ਲੁਧਿਆਣਾ ਫਲੂਰਪੁਰ ਰੂਟ ਤੇ ਡਰੋਲੀ ਭਾਈ ਲਾਗੇ ਅਡਾਨੀ ਐਗਰੀ ਲੋਜਿਸਟਿਕ ਦੇ ਵੱਡੇ ਵੱਡੇ ਸਟੋਰ ਬਣ ਚੁੱਕੇ ਹਨ ਮੋਦੀ ਦੇ ਅਬਾਨੀ ਅਡਾਨੀ ਦੇ ਸਭ ਕੁਝ ਪ੍ਰੈਨਿਮ ਮੁਤਾਬਕ ਚੱਲ ਰਿਹਾ ਹੈ ਤੇ ਬਾਲੀਵੁੱਡ ਵਿੱਚੋਂ ਸਿਰਫ ਊਰਵਸ਼ੀ ਰੋਟੇਲਾ ਨੇ ਪੂਰੀ ਤਰ੍ਹਾਂ ਤਾਂ ਨਹੀਂ ਚਲੋ ਥੋੜਾ ਜਿਹਾ ਉਹਨਾਂ ਨੇ ਜਾਗਰੂਕ ਕੀਤਾ ਪਹਿਲਾਂ ਉਸਨੇ ਜੋ ਸਿੱਧੂ ਦਾ ਧਰਨੇ ਵਾਲਾ ਲਾਈਵ ਸੀ ਉਸਨੂੰ ਲਾਈਕ ਕੀਤਾ ਤੇ ਉਸ ਤੋਂ ਬਾਅਦ ਆਪਣੀ ਸਨੈਪਚੈਟ ਤੇ ਇੱਕ ਪੋਸਟ ਪਾਈ ਜਏ ਜਵਾਨ ਜਏ ਕਿਸਾਨ ਬਾਲੀਵੁੱਡ ਵਿੱਚੋਂ ਹੋਰ ਕੋਈ ਸਪੋਰਟ ਵਿੱਚ ਨਹੀਂ ਆਇਆ ਸਿੱਧੂ ਤੇ ਰਣ ਬੜੀ ਗੱਲ ਨਹੀਂ ਰਹੀ ਦਿੱਲੀ ਜਾਣਾ ਹੀ ਪੈਣਾ ਕਿਉਂਕਿ ਭਾਜਪਾ ਵਾਲਿਆਂ ਨੇ ਪਹਿਲਾਂ ਜੋ ਬੈਲ ਲਾਗੂ ਕੀਤੇ ਸੀ ਜਿੰਨਾ ਮਰਜ਼ੀ ਵਿਰੋਧ ਹੋਇਆ ਹੋਵੇ ਮੋਦੀ ਨੇ ਕਦੇ ਵਾਪਸ ਨਹੀਂ ਲਏ ਤੇ ਲਾਠੀ ਚਾਰਜਾਂ ਗੋਲੀਆਂ ਚਲਵਾ ਕੇ ਲੋਕਾਂ ਨੂੰ ਡਰਾ ਤਮਕਾ ਕੇ ਚੁੱਪ ਕਰਾ ਦਿੱਤਾ ਗਿਆ ਤੇ ਬੈਲ ਉਦਾਂ ਹੀ ਰਹਿੰਦੇ ਸਨ ਤੇ ਇੱਕ ਗੱਲ ਹੋਰ ਜਿਹੜੇ ਵੀਰ ਖੇਤੀਬਾੜੀ ਨਹੀਂ ਵੀ ਕਰਦੇ ਇਸ ਗੱਲ ਨੂੰ ਸੁਣਨ ਲਈ ਤਿਆਰ ਹੀ ਨਹੀਂ ਤੇ ਕਹਿ ਰਹੇ ਹਨ ਕਿ ਕਿਸਾਨਾਂ ਦਾ ਮਸਲਾ ਸਾਨੂੰ ਕੀ ਪ੍ਰਭਾਵ ਜਦੋਂ ਇੱਕ ਦਾ ਦੋ ਸਾਲਾਂ ਨੂੰ ਜਦੋਂ ਤੁਹਾਨੂੰ ਦਾਲਾਂ ਤੇ ਹੋਰ ਸਮਾਨ 50 ਜਾਂ 100 ਰੁਪਏ ਜਿ ਮਿਲਦੇ ਆ ਜੇ 300 400 ਦਾ ਨਾਂ ਹੋਇਆ ਤਾਂ ਕਿਉਂਕਿ ਸਰਕਾਰ ਨੇ ਇਸ ਬਿਲ ਵਿੱਚ ਸਾਫ਼ ਕਹਿ ਦਿੱ ਮਰਜੀ ਅਨਾਜ ਆਲੂ ਗੰਡੇ ਚਾਹੇ ਸਟੋਰ ਕਰ ਸਕਦੇ ਹਾਂ ਇਸ ਤੋਂ ਪਹਿਲਾਂ ਸਟੋਰ ਕਰਨਾ ਗੈਰ ਕਾਨੂੰਨੀ ਸੀ ਤੇ ਹੁਣ ਕਾਨੂੰਨ ਬਣਾ ਦਿੱਤਾ ਗਿਆ ਹੈ ਤੁਸੀਂ ਜਿੰਨਾ ਮਰਜੀ ਸਟੋਰ ਕਰ ਸਕਦੇ ਹੋ ਬਾਕੀ ਇਹਨਾਂ ਚੀਜ਼ਾਂ ਨੂੰ ਜ਼ਰੂਰੀ ਵਸਤੂਆਂ ਵਿੱਚੋਂ ਕੱਢ ਦਿੱਤਾ ਗਿਆ ਹੈ ਪ੍ਰਾਈਸ ਜਿੰਨਾ ਮਰਜੀ ਹੋ ਸਕਦਾ ਤੇ ਤੁਸੀਂ ਹੀ ਦੱਸੋ ਇੱਕ ਆਮ ਕਿਸਾਨ ਇੱਕ ਆਮ ਆਦਮੀ ਇਹਨਾਂ ਚੀਜ਼ਾਂ ਨੂੰ ਸਟੋਰ ਕਰਕੇ ਰੱਖ ਸਕਦਾ ਨਹੀਂ ਜਦੋਂ ਇਹ ਬਿਲ ਪਾਸ ਹੋਣਾ ਸੀ ਉਦੋਂ ਸੰਸਦ ਦੇ ਮਾਈਕ ਬੰਦ ਕਰ ਦਿੱਤੇ ਗਏ ਟੀਵੀ ਤੇ ਸੰਸਦਾਂ ਚੱਲ ਰਹੀ ਸੀ ਪਰ ਆਵਾਜ਼ ਨਹੀਂ ਸੀ ਆ ਰਹੀ ਕਿਉਂਕਿ ਤਾਂ ਜੋ ਲੋਕਾਂ ਨੂੰ ਪਤਾ ਹੀ ਨਾ ਲੱਗ ਸਕੇਗੀ ਕਿ ਇਸ ਬਿਲ ਵਿੱਚ ਹੈ ਕੀ ਤੇ ਵੀਰੋ ਚਾਹੇ ਕਲਾਕਾਰ ਚੇਹੀ ਜਾਓ ਤੁਸੀਂ ਤਰਨਿਆਂ ਦਾ ਹਿੱਸਾ ਜ਼ਰੂਰ ਬਣਾਓ ਤੇ ਬਾਕੀ ਜਦੋਂ ਤੱਕ ਇੱਕਜੁੱਟ ਨਹੀਂ ਹੁੰਦੇ ਕਿਸਾਨ ਯੂਨੀਅਨਾਂ ਇੱਕ ਝੰਡੇ ਹੇਠ ਆ ਕੇ ਦਿੱਲੀ ਨਹੀਂ ਜਾਂਦੀਆਂ ਉਦੋਂ ਤੱਕ ਆਪਾਂ ਨੂੰ ਆਪਣੇ ਹੱਕ ਨਹੀਂ ਮਿਲਣਗੇ ਤੇ ਸਿੱਧੂ ਤਾਂ ਪਹਿਲਾਂ ਹੀ ਦਿੱਲੀ ਜਾਣ ਨੂੰ ਤਿਆਰ ਹੈ ਸੋ ਪੰਜਾਬ ਦੇ ਤਰਨੇ ਬਹੁਤ ਲਾਹਾਟੇ ਹੁਣ ਦਿੱਲੀ ਜਾਣ ਦੀ ਲੋੜ ਹੈ ਤੇ ਇੱਕ ਗੱਲ ਹੋਰ ਪਹਿਲਾਂ ਜੰਮੂ ਕਸ਼ਮੀਰ ਤੇ ਰਾਜਸਥਾਨ ਤੇ ਹੁਣ ਸੱਤ ਹੋਰ ਸਟੇਟਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦੇ ਦਰਜੇ ਤੋਂ ਹਟਾਇਆ ਜਾ ਰਿਹਾ ਹੈ ਬਾਕੀ ਦੋਸਤੋ ਤੁਸੀਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ